परमगत मेरी सेवक सिख पूजन सब आवे सब गावे हर हर उत्तम बानी गाव्या सुनिया तिनका हर थाए पावे जिन सतगुरु की आज्ञा सत सत करमनी अमृत बाणी हर हर तेरी सुन सुन होवे परमगत मेरी ਕਿੰਨਾ ਵੀ ਕੋਈ ਜੱਪੀ ਤੱਕੀ ਹੋਵੇ ਸਰੀਰ ਦਾ ਭਾਂਡਾ ਤਾਂ ਇੱਕ ਦਿਨ ਟੁੱਟਣਾ ਹੀ ਟੁੱਟਣਾ ਹੈ
ਅੰਦਰੂਨੀ ਆਤਮਕ ਤੌਰ ਉਮਰ ਕਰ ਦਿੰਦੀ ਹੈ ਤੇ ਉਹਨਾਂ ਤੋਂ ਰਹਿਤ ਕਰ ਦਿੰਦੀ ਹੈ। ਬਾਣੀ ਆਪ ਅਜੂਨੀ ਹੈ ਤੇ ਪੜ੍ਹਨ ਸੁਣਨ ਵਾਲੇ ਨੂੰ ਵੀ ਅਜੂਨੀ ਬਣਾ ਦਿੰਦੀ, ਭਾਵ ਜੋ ਉਹਨਾਂ ਤੋਂ ਰਹਿਤ ਹੈ, ਜੂਨਾਂ ਦੇ ਵਿੱਚ ਨਹੀਂ ਪੈਣਾ ਪੈਂਦਾ, ਜੰਮਣਾ ਮਰਨਾ ਘੱਟ ਜਾਂਦਾ, ਆਤਮਾ ਪਰਮਾਤਮਾ ਦਾ ਸਫ਼ਰ ਖਤਮ ਹੋ ਜਾਂਦਾ ਹੈ, ਆਤਮਾ ਪਰਮਾਤਮਾ ਦਾ ਮਿਲਾਪ ਹੋ ਜਾਂਦਾ, ਆਤਮਾ ਹੈ ਪਰਮਾਤਮਾ ਦੀ ਅੰਸ਼। ਕਹੋ ਕਬੀਰ ਇਹ ਰਾਮ ਕੀ ਅੰਸ਼ ਜਸ ਸਾਜਨ ਸਰੀਰ ਸੜੇਗਾ, ਸਰੀਰ ਦੀ ਸੁਆਹ ਬਣੇਗੀ, ਰਾਹ ਬਣੇਗੀ। ਲੇਕਿਨ ਇਹ ਨਹੀਂ ਹੈ ਕਿ ਜਿਹੜੀ ਵਿੱਚ ਆਤਮਾ ਰੂਹ ਕਹੋ ਜੀ ਉਹਦੀ ਵੀ ਰਾਹ ਬਣਨੀ ਨਹੀਂ, ਪਹਿਲਾਂ ਉਹਨੇ ਸਰੀਰ ਤੋਂ ਪਾਸੇ ਹੋਣਾ, ਇਹਨੂੰ ਡੈਥ ਦਾ ਕਰਾਰ ਹੀ ਨਾ ਮਿਲਣਾ, ਮਰ ਗਿਆ ਤਾਂ ਹੀ ਕਿਹਾ ਜਾਂਦਾ, ਉਸ ਤੋਂ ਪਹਿਲਾਂ ਇਹਨੂੰ ਮਰ ਗਿਆ ਕਿਹਾ ਹੀ ਨਹੀਂ ਜਾਣਾ ਸਰੀਰ ਨੂੰ। ਬੱਚਾ, ਨੌਜਵਾਨ, ਬਜ਼ੁਰਗ, ਬੀਬੀ, ਭੈਣ, ਹਿੰਦੂ, ਮੁਸਲਮਾਨ, ਜੈਨ, ਬੋਧ ਕੋਈ ਹੋਈ ਹੋ, ਡੈਥ ਤਾਂ ਹੈ, ਮੌਤ ਤਾਂ ਹੈ ਜਦੋਂ ਆਤਮਾ ਨੂੰ ਫਸਤੇ ਹੋ ਜਾਂਦੀ ਹੈ। ਆਤਮਾ ਨੇ ਪਰਮਾਤਮਾ ਤੱਕ ਪਹੁੰਚਣਾ ਇਹ ਸਤ ਸੰਗਤ ਕਰਨੀ ਹੈ, ਟਹਿਰ ਤੋਂ ਮਹਿਰ ਤੱਕ ਜਾਣਾ ਹੈ, ਇਹ ਸਤ ਸੰਗਤ ਸਫ਼ਰ ਹੈ। ਬੂੰਦ ਨੇ ਸਮੁੰਦਰ ਤੱਕ ਪਹੁੰਚਣਾ ਹੈ, ਪਰ ਸਮੁੰਦਰ ਤੱਕ ਪਹੁੰਚਣ ਵਾਸਤੇ ਫਿਰ ਉਹਨੂੰ ਆਸਰੇ ਚਾਹੀਦੇ ਨੇ, ਪਹਿਲਾਂ ਕਿੱਥੇ ਪਹਾੜਾਂ 'ਤੇ ਗਿਰਦੀ, ਕਿਸੇ ਜਗ੍ਹਾ 'ਤੇ ਗਿਰਦੀ ਬੂੰਦ ਮੀਂਹ ਪੈਂਦਾ, ਛੋਟੀ ਜਿਹੀ ਨਾਲੀ ਦਾ ਸੰਗ ਮਿਲਦਾ, ਉਹ ਵੱਡੇ ਨਾਲੇ ਦੇ ਵਿੱਚ ਜਾ ਪੈਂਦੀ, ਉਹ ਵੱਡੇ 'ਚ ਹੋਰ ਵੱਡੇ 'ਚ, ਦਰਿਆ ਦੇ ਵਿੱਚ, ਦਰਿਆ ਦੇ ਆ ਕੇ ਸਮੁੰਦਰ ਦੇ ਵਿੱਚ। ਉਹ ਕੌਣ ਹੈ ਹੁਣ ਬੂੰਦ ਨੂੰ ਉੱਥੇ ਤੱਕ ਪਹੁੰਚਾਉਣ ਵਾਲੇ ਕੌਣ ਹੈ? ਉਹ ਹੈ ਗੁਰੂ ਕੇ ਵਜ਼ੀਰ, ਰਾਗੀ, ਢਾਡੀ, ਕਥਾ ਵਾਚਕ, ਮਹਾਂਪੁਰਸ਼। ਉਹ ਆਪ ਸਹਾਰਾ ਵਿੱਚ ਵਸੀਲਾ ਬਣਦੇ ਨੇ। ਤੁਸੀਂ ਆਏ ਹੋ ਗੱਡੀ 'ਤੇ, ਆਏ ਹੋ ਗੱਡੀ ਵਿੱਚ ਵਸੀਲਾ ਹੈ, ਗੱਡੀ ਨੂੰ ਰੱਬ ਨਹੀਂ ਮੰਨ ਸਕਦੇ, ਗੱਡੀ ਨੂੰ ਨਹੀਂ, ਗੱਡੀ ਗੁਰਦੁਆਰੇ ਤੱਕ ਪਹੁੰਚਾਉਣ ਦਾ ਵਸੀਲਾ ਹੈ। ਰਾਗੀ, ਢਾਡੀ, ਕਥਾ ਵਾਚਕ ਗੁਰੂ ਨਹੀਂ ਹੋ ਸਕਦੇ, ਗੁਰੂ ਤਾਂ ਗੁਰਬਾਣੀ ਆ, ਲੇਕਿਨ ਗੁਰੂ ਤੱਕ ਪਹੁੰਚਾਉਣ ਦਾ ਵਸੀਲਾ ਹੈ। ਆਖੋ ਸਤਨਾਮ। ਹੁਣ ਮੈਂ ਬੇਨਤੀ ਕਰਾਂ, ਗੱਡੀ 'ਤੇ ਆਇਆ ਜੇ ਗੱਡੀ ਵੀ ਖਰਾਬ ਹੋ ਜਾਵੇ, ਸਾਧਨ ਹੀ ਕਰਨ ਜੇ ਕਿਸੇ ਕੋਲ ਸਾਧਨ ਹੈ ਨਹੀਂ, ਉਹ ਕਹਿੰਦਾ ਮੇਰੇ ਕੋਲ ਸਾਧਨ ਹੀ ਨਹੀਂ ਆਉਂਦਾ, ਕਿਵੇਂ? ਵਸੀਲਾ ਹੀ ਨਹੀਂ ਹੈ। ਇਸੇ ਤਰ੍ਹਾਂ ਹੀ ਰਾਗੀ, ਢਾਡੀ, ਕਥਾ ਵਾਚਕ ਗੁਰੂ ਨਾਲ ਜੁੜਨ ਵਾਲਿਆਂ ਦਾ ਤਾਂ ਹੀ ਉਹ ਏਡਾ ਵੱਡਾ ਸਤਿਕਾਰ ਗੁਰਬਾਣੀ ਕਰਾਇਆ ਹੈ ਕਿ ਉਹ ਵਸੀਲਾ ਹੈ ਗੁਰੂ ਤੱਕ ਪਹੁੰਚਾਉਣਾ, ਆਤਮਿਕ ਤੌਰ 'ਤੇ ਪਹੁੰਚਾਉਣਾ। ਸਰੀਰਕ ਤੌਰ 'ਤੇ ਆ ਗਏ ਆਪਾਂ, ਆਤਮਾ ਨੂੰ ਹੁਣ ਪਰਮਾਤਮਾ ਨਾਲ ਕਿਵੇਂ ਮਿਲਾਉਣਾ? ਇਹ ਸਫ਼ਰ ਕਿੱਦਾਂ ਖਤਮ ਹੋਏਗਾ? ਗੁਰੂ ਕੇ ਕੀਰਤਨੀ ਕਹਿ ਰਹੇ ਸੀ ਭਗਤੀ ਭਾਵ, ਨੌ ਪ੍ਰਕਾਰ ਦੀ ਭਗਤੀ ਲਿਖਿਆ, ਭਗਤ ਨਵੇਂ ਪ੍ਰਕਾਰਾ, ਪੰਡਿਤ ਵੇਦ ਪੁਕਾਰਾ, ਵੇਦਾਂ ਨੇ, ਸ਼ਾਸਤਰਾਂ ਨੇ, ਸਭ ਗ੍ਰੰਥਾਂ ਨੇ, ਸਾਰੇ ਗ੍ਰੰਥਾਂ ਦਾ ਨਿਚੋੜ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਕਿਸੇ ਗ੍ਰੰਥ ਨੂੰ ਬਾਹਰ ਨਹੀਂ ਛੱਡਿਆ, ਭਲਿਆ ਜਾਈਏ ਸਤਿਗੁਰਾਂ ਤੋਂ, ਸਿਮਰਤ ਵੇਦ ਪੁਰਾਣ ਪੁਕਾਰ ਪੋਥੀਆਂ, ਇੱਕ ਲਾਈਨ ਨੇ ਕਿੰਨੇ ਗ੍ਰੰਥ ਗੇੜ ਦਿੱਤੇ ਨੇ। ਇੱਥੋਂ ਤੱਕ ਕਿਹਾ ਜਾਂਦਾ ਜਿਹਨੇ ਗੁਰੂ ਗ੍ਰੰਥ ਸਾਹਿਬ ਨੂੰ ਸਮਝ ਲਿਆ, ਸਮਝ ਲਓ ਮੈਂ ਸਾਰੇ ਗ੍ਰੰਥ ਹੀ ਸਮਝ ਲਿਆ, ਕੋਈ ਬਾਹਰ ਰਿਹਾ ਹੀ ਨਹੀਂ, ਸਾਰਿਆਂ ਦਾ ਹੀ ਸੰਦੇਸ਼ ਹੈ। ਸਾਰਿਆਂ ਨੇ ਕਿਹਾ ਭਗਤ ਨਵੇਂ ਪ੍ਰਕਾਰ ਆ, ਪੰਡਿਤ ਵੇਦ, ਪੰਡਿਤ ਇੱਕ ਜਾਤ ਨਹੀਂ ਹੈ, ਪੰਡਿਤ ਵਿਦਵਾਨ ਦਾ ਨਾਮ, ਵਿਦਵਤਾ ਦੇ ਮਾਲਕ ਨੂੰ ਪੰਡਿਤ ਕਿਹਾ ਜਾਂਦਾ, ਬ੍ਰਾਹਮਣ ਜਾਤ, ਲੇਕਿਨ ਉਹਨੂੰ ਵੀ ਬ੍ਰਾਹਮਣ ਕਿਹਨੂੰ ਕਿਹਾ? ਸਾਧ ਸੰਗਤ ਬ੍ਰਾਹਮਣ ਸੋ ਜੋ ਬ੍ਰਾਹਮਣ ਵਿੱਚ ਆ ਜਾ। ਆਖੋ ਸਤਨਾਮ। ਕਈ ਵਾਰ ਅਸੀਂ ਜਾਤਾਂ ਦੇ ਮਨ ਕਰ ਜਾਂਦੇ ਹਾਂ ਤੇ ਭਲੇ ਕੱਖ ਵੀ ਨਹੀਂ ਕਰਦਾ, ਅਸੀਂ ਤਾਂ ਭਗਤ ਭੰਨਾ ਜੱਟ ਦੀ ਜਾਤਾਂ ਚੋਂ ਹਾਂ, ਅਸੀਂ ਤਾਂ ਭਗਤ ਰਵਿਦਾਸ ਜੀਆਂ ਦੀ ਜਾਤਾਂ ਚੋਂ ਹਾਂ, ਅਸੀਂ ਤਾਂ ਕਬੀਰ ਸਾਹਿਬ ਦੀ ਜਾਤ, ਅਸੀਂ ਤਾਂ ਬਾਬਾ ਮੱਖਣ ਸ਼ਾਹ ਲਬਾਣੇ ਦੀ ਜਾਤ ਹਾਂ। ਤੇ ਮੈਂ ਕਈ ਥਾਂ ਇਹ ਗੱਲ ਕਹਿ ਚੁੱਕਾ ਹਾਂ ਕਿ ਇੰਨਾ ਹੀ ਕਹਿ ਕੇ ਸਰ ਜਾਏਗਾ ਕਿ ਅੰਮ੍ਰਿਤ ਛਕਣਾ ਪਊ, ਤੁਹਾਨੂੰ ਨਾਮ ਜਪਣਾ ਪਊ ਤੇ ਬਾਬਾ ਮੱਖਣ ਸ਼ਾਹ ਲਬਾਣੇ ਦਾ ਹੀ ਕਹਿ ਕੇ ਸਰ ਜਾਓ, ਭਗਤ ਧੰਨੇ ਜੱਟ ਦਾ ਹੀ ਕਹਿ ਕੇ ਸਰ ਜਾਓ। ਚੰਡੀਗੜ੍ਹ ਦੇ ਲਾਗੇ ਇੱਕ ਪਿੰਡ 'ਚ ਮੈਂ ਗਿਆ, ਕਹਿਣ ਲੱਗੇ ਵੀ ਅਸੀਂ ਸੋਝੀ ਹੁੰਦੇ ਹਾਂ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਗੋਤ ਸੋਝੀ, ਤੇ ਮੈਂ ਜਾਣਦਾ ਸੀ ਚੰਗੀ ਤਰ੍ਹਾਂ, ਮੈਂ ਕਿਹਾ ਵੀ ਸ਼ਰਾਬ ਕਦੀ ਕਦੀ ਮਹੀਨੇ ਕਹਿੰਦੇ, ਅੰਮ੍ਰਿਤ ਅੰਮ੍ਰਿਤ ਤਾਂ ਨਹੀਂ ਛੱਡਿਆ, ਮੇਤਰੇਨ ਕਹਿੰਦਾ ਅਸੀਂ ਤਾਂ ਕਦੀ ਕੀਤਾ ਨਹੀਂ, ਮੈਂ ਕਹਿੰਦੇ ਏਦਾਂ ਨਾ ਕਿਹਾ ਕਰੋ ਕਿ ਅਸੀਂ ਗੁਰੂ ਰਾਮਦਾਸ ਜੀ ਦੇ ਗੋਦ ਚੋਂ ਆਏ, ਕਿਉਂ ਕਹਿੰਦੇ ਆਪਾਂ? ਮਾਣ ਕਾਹਦਾ? ਮਾਫ ਕਰਨਾ, ਇੱਥੇ ਜਾਤਾਂ ਦਾ, ਅਮੀਰੀ ਦਾ, ਜ
ਸਿਮਰਨ ਕਿੰਨਾ ਹੋ ਰਿਹਾ, ਲੰਗਰ ਕਿੰਨੇ ਪਿਆਰ ਨਾਲ ਬਣਦਾ, ਦਿੱਤਦਾ, ਉਹ ਕੁਛ ਵੀ ਨਹੀਂ ਦੇਖਣਾ, ਛੱਡੋ ਜੀ ਉੱਥੇ ਤਾਂ ਮੈਂ ਦੇਖ ਗਿਆ ਪੁਰਾਣਾ ਆਹ ਕਰਦਾ ਪਿਆ ਸੀ ਈਰਖਾ। ਇੱਕ ਉਹਨੂੰ ਫੜ ਕੇ ਘਰ ਨੂੰ ਤੁਰਿਆ ਜਾ ਰਿਹਾ, ਆਇਆ ਸੀ ਬਾਣੀ ਸੁਣ, ਮੈਂ ਉਸ ਵਿਚਾਰ ਨੂੰ ਗੁਰੂ ਅਮਰਦਾਸ ਮਹਾਰਾਜ ਦੇ ਘਰ ਵਿੱਚ ਸਮਾਂ ਆਇਆ ਗੁਰਤਾ ਗੱਦੀ ਦੇਣ ਲੱਗਾ। ਕਿਹਨੂੰ ਦਈਏ, ਦੋ ਪੁੱਤਰ ਹੈ, ਦੋ ਧੀਆਂ ਹੈ, ਦੋ ਜਵਾਈ ਹੈ, ਧੰਨ ਗੁਰੂ ਅਮਰਦਾਸ ਜੀ ਨੇ, ਕਿਹਨੂੰ ਗੁਰਤਾ ਗੱਦੀ ਦਿੱਤੀ ਜਾਵੇ, ਪਰਖਾਂ ਪੇਪਰ ਐਗਜ਼ਾਮ ਪ੍ਰੀਖਿਆ ਕਸਵੱਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਗੁਰੂ ਅਮਰਦਾਸ ਸਭ ਕਸਵੱਟੀਆਂ ਲੰਬੇ ਲੰਬੇ ਇਤਿਹਾਸ ਕਹਿੰਦਾ, ਥੜਿਆਂ ਤੇ ਆ ਗਿਆ, ਥੜੇ ਬਣਾਓ ਆਪਣੇ ਆਪਣੇ ਥੜਿਆਂ ਤੇ ਬਹਿ ਕੇ ਸਿਮਰਨ ਕਰਿਆ ਕਰਾਂਗੇ। ਉਹ ਚ ਪਾਸ ਹੀ ਗੁਰੂ ਰਾਮਦਾਸ ਜੀ ਹੋਏ, ਜੇਠਾ ਜੀ ਹੋਏ। ਹੁਣ ਜੇਠਾ ਜੀ ਪਾਸ ਹੋ ਗਏ, ਗੁਰਤਾ ਗੱਦੀ ਦੇਣ ਲੱਗੇ, ਗੁਰੂ ਅਮਰਦਾਸ ਜੀ ਨੇ ਕਿਹਾ, ਪੁੱਤਰੋ ਪਰਿਵਾਰ ਨੂੰ ਕਿਹਾ, ਬੱਚਿਓ ਪਹਿਲਾਂ ਤੁਸੀਂ ਇਹਨਾਂ ਨੂੰ ਮੱਥਾ ਟੇਕੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਬੋਲੋ ਭਾਈ ਸਤਨਾਮ ਸ੍ਰੀ ਵਾਹਿਗੁਰੂ। ਹੁਣ ਮੈਂ ਬੇਨਤੀ ਕਰਾਂ ਕਿ ਗੁਰੂ ਸਾਹਿਬ ਸਾਡੇ ਵਾਸਤੇ ਹੀ ਹੈ, ਗੁਰੂ ਕੇ ਵਜ਼ੀਰਾਂ ਵਾਸਤੇ ਹੀ ਹੈ, ਰਾਗੀਆਂ ਢਾਡੀਆਂ ਕਥਾ ਵਾਚਕਾਂ ਵਾਸਤੇ ਹੀ ਹੈ, ਜਾਂ ਸੰਗਤ ਵਾਸਤੇ ਹੀ ਹੈ, ਨਹੀਂ, ਗੁਰੂ ਸਾਰਿਆਂ ਦਾ ਹੀ ਹੈ, ਸਾਰਿਆਂ ਨੂੰ ਇੱਕੋ ਹੀ ਉਪਦੇਸ਼ ਹੈ, ਸਾਰਿਆਂ ਦਾ ਇੱਕੋ ਹੀ ਸਵਾਲ ਹੈ। ਅੱਜ ਦੂਜੇ ਦੇ ਸਵਾਲ ਬੜਾ ਕੀਤਾ ਜਾ ਰਿਹਾ ਤੇ ਆਪਣੇ ਆਪ ਨੂੰ ਅੰਦਰੋਂ ਦੇਖਿਆ ਹੀ ਨਹੀਂ ਜਾਂਦਾ, ਆਪਣੇ ਆਪ ਨੂੰ ਦੇਖਿਆ ਹੀ ਨਹੀਂ ਜਾਂਦਾ। ਮੈਨੂੰ ਵੀ ਖੁਦ ਅਸੀਂ ਪਹਿਲਾਂ ਗੱਲ ਕਰਨੀ ਜੀ, ਕੀਰਤਨ ਕਾਲ ਤੱਕ ਸਾਹਿਬ ਨੇ ਮਰਿਆਦਾ ਅਨੁਸਾਰ ਕਰਿਓ, ਮੈਂ ਕਿਹਾ ਬਿਲਕੁਲ ਸਤਿਗੁਰੂ ਜਿਵੇਂ ਕਰਾਉਣਗੇ ਹਾਜ਼ਰੀ ਭਰੀ, ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਹੈ, ਅਮਰੀਕਾ ਦੀ ਗੱਲ ਹੈ। ਤੋ ਸਾਧ ਸੰਗਤ ਆਪ ਅੰਮ੍ਰਿਤ ਨਹੀਂ ਛਕੇ, ਆਪ ਸਿਰ ਤੇ ਕੇਸ ਵੀ ਹੈ ਨਹੀਂ, ਜਿਹੜਾ ਮੈਨੂੰ ਸਵਾਲ ਕਰ ਆਪਣੀ ਮੰਜੀ ਇਹ ਸੋਚਾ ਨਹੀਂ ਵਾਰਨਾ, ਸਵਾਲ ਕਰਦੇ ਨੇ ਕੀਰਤਨੀਆਂ ਨੂੰ, ਆਪ ਕੌਣ ਹੈ, ਚਲੋ ਕੀਤਾ ਹਾਜ਼ਰੀ ਭਰੀ, ਗੁਰੂ ਦੀ ਖੁਸ਼ੀ ਮਿਲੀ ਮੈਨੂੰ, ਸੰਗਤਾਂ ਦਾ ਪਿਆਰ ਮਿਲਿਆ ਮੈਨੂੰ, ਬਾਅਦ ਤੁਹਾਡੇ ਨਾਲ ਫੋਟੋ ਖਿਚਾਉਣੀ ਹੈ, ਮੈਂ ਕਿਹਾ ਪਹਿਲਾਂ ਮੈਂ ਗੱਲ ਕਰਨੀ, ਪਹਿਲਾਂ ਆਉਂਦਿਆਂ ਤੁਸੀਂ ਕੀਤੀ, ਹੁਣ ਮੈਂ ਕਰਨੀ। ਕਹਿੰਦਾ ਦੱਸੋ, ਮੈਂ ਕਿਹਾ ਮੈਨੂੰ ਤਾਂ ਸਵਾਲ ਕੀਤਾ ਸੀ, ਹੁਣ ਮੈਂ ਬੇਨਤੀ ਕਰਾਂ ਕਿ ਤੁਹਾਨੂੰ ਅਕਾਲ ਤਖ਼ਤ ਸਾਹਿਬ ਨੇ ਕੇਸ ਰੱਖਣ ਨੂੰ ਵੀ ਨਹੀਂ ਕਿਹਾ, ਤੁਹਾਨੂੰ ਅਕਾਲ ਤਖ਼ਤ ਸਾਹਿਬ ਨੇ ਅਮਰਿਤ ਛਕਣ ਨੂੰ ਵੀ ਨਹੀਂ ਕਿਹਾ, ਸਾਡੇ ਤੇ ਅਕਾਲ ਤਖ਼ਤ ਸਾਹਿਬ ਲਾਗੂ ਹੈ, ਤੁਹਾਡੀ ਵਾਰੀ ਅਕਾਲ ਤਖ਼ਤ ਸਾਹਿਬ ਨਹੀਂ, ਇਹ ਤਾਂ ਸਾਡੀ ਗਲਤੀ ਹੈ ਜੀ। ਸੋ ਅੱਜ ਸਾਰੇ ਜਿਵੇਂ ਸਿੱਖਿਆਰਥੀ ਕੱਪੜਾ ਹੋਵੇ ਤੇ ਲੱਭਦਾ ਨਹੀਂ ਹੈ, ਪ੍ਰੋਫੈਸਰ ਸਾਰੇ ਹੀ ਹੈ, ਸਿਖਾਉਣ ਵਾਲੇ ਸਾਰੇ ਹੀ ਹੈ, ਟੀਚਰ ਹੀ ਬਣੇ ਫਿਰਦੇ ਨੇ ਸਭ ਸਵੇਰੇ ਚ, ਉਹਨਾਂ ਨਾਲੋਂ ਵੀ ਹਜ਼ਾਰਾਂ ਗੁਣਾ ਕਮੀਆਂ ਜ਼ਿਆਦਾ ਨੇ, ਮਾਫ ਕਰਿਓ, ਪਰ ਬਾਣੀ ਨੂੰ ਪੜ੍ਹੀਏ, ਗੁਰੂ ਅਮਰਦਾਸ ਜੀ ਨੇ ਕਿਹਾ ਇਤਿਹਾਸ ਨੂੰ ਪੜ੍ਹੀਏ, ਸਾਰਾ ਪਰਿਵਾਰ ਪਹਿਲਾਂ ਇਹਨਾਂ ਨੂੰ ਮੱਥਾ ਟੇਕੋ, ਬਾਅਦ ਵਿੱਚ ਸੰਗਤ ਹਾਜ਼ਰੀ ਭਰੇਗੀ। ਅੱਜ ਗੁਰਤਾ ਗੱਦੀ ਦਾ ਮਾਲਕ ਮੈਂ ਨਹੀਂ ਹੈ, ਅੱਜ ਤੋਂ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੇਠਾ ਹੈ। ਸਾਰਿਆਂ ਨੇ ਮੱਥਾ ਟੇਕ ਲਿਆ, ਵੱਡੇ ਪੁੱਤ ਨੇ ਮੱਥਾ ਨਹੀਂ ਟੇਕਿਆ, ਪੜ੍ਹ ਲਓ ਜਾ, ਇਹ ਤਾਂ ਗੁਰੂ ਨਾਨਕ ਦੇ ਘਰ ਚ ਵੀ ਚੱਲਿਆ ਆਇਆ, ਆਪਾਂ ਇੱਥੇ ਆ ਕੇ ਬੁਰਾਈ ਫੜ ਕੇ ਲੈ ਜਾਣੀ ਤੇ ਚੰਗਿਆਈ ਫੜ ਕੇ ਲੈ ਜਾਣੀ, ਸੰਸਾਰ ਚੰਗਿਆ ਹੋਇਆ ਬੁਰਿਆਈਆਂ ਨਾ ਫੜੋ ਕਿਸੇ ਦੀਆਂ। ਛੋਟਾ ਜਿਹਾ ਬੱਚਾ ਸਾਰਾ ਦਿਨ ਛੋਟੀਆਂ ਛੋਟੀਆਂ ਡੀਕਰੀਆਂ ਇਕੱਠੀਆਂ ਕਰੀ ਜਾਂਦਾ, ਸ਼ਾਮ ਨੂੰ ਦੇਖਦੀ ਮਾਂ ਉਹਦੀ ਜੇਬ ਡੀਕਰੀਆਂ ਨਾਲ ਭਰੀ ਭਰੀ, ਉਹ ਰਾਤ ਨੂੰ ਸੌਂਦਾ, ਪਿੰਡਾਂ ਦੀ ਗੱਲ ਮੈਂ ਖਾਸ ਕਰਕੇ ਦੇਖੀ, ਉਹ ਸਾਰੀਆਂ ਡੀਕਰੀਆਂ ਕੱਢ ਦਿੰਦੀ ਜੇਬ ਚ, ਉਹ ਸੌਂਦਾ ਹੈ, ਉਹ ਸਵੇਰੇ ਉੱਠੇ ਫਿਰ ਇਕੱਠੀਆਂ ਕਰਨਾ ਲੱਗਿਆ, ਉਹ ਦੂਜੇ ਦਿਨ ਮਾਂ ਨੂੰ ਫਿਰ ਜੇਬ ਚੋਂ ਕੱਢੀਆਂ। ਗੁਰੂ ਪਾਤਸ਼ਾਹ ਤਾਂ ਸਾਡੀ ਜੇਬ ਚੋਂ ਬੁਰਾਈਆਂ ਕੱਢ ਦੇਣਗੇ, ਅਸੀਂ ਫਿਰ ਮੁੜ ਕੇ ਇਕੱਠੀਆਂ ਕਰ ਦੇਣੀਆਂ, ਮਹਾਰਾਜ ਫਿਰ ਸਾਡੇ ਜੀਵਨ ਤੋਂ ਬੁਰਾਈਆਂ ਕੱਢਦੇ ਨੇ, ਅਸੀਂ ਫਿਰ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ, ਕੀ ਲੋੜ ਹੈ ਸਾਡੀ ਡਿਊਟੀ ਲਾਈ ਸਤਿਗੁਰਾਂ ਨੇ ਦੇਖ ਕੇ ਦੱਸੀ ਉਹਨੂੰ ਕਿਹੜਾ ਚੰਗਾ ਕਰਦਾ ਤੇ ਕਿਹੜਾ ਮਾੜਾ ਕਰਦਾ। ਮਹਾਰਾਜ ਕਹਿੰਦੇ ਆਪਣਾ ਭਾਂਡਾ ਮੰਜ ਲੈ, ਬਸ ਆਪਣਾ ਬਰਤਨ ਸਾਫ਼ ਕਰ ਲੈ, ਤੂੰ ਅੰਦਰੋਂ ਸਾਫ਼ ਹੋ ਗਿਆ, ਤੈਨੂੰ ਸਾਰੇ ਸਾਫ਼ ਹੀ ਦਿਖਣਗੇ, ਨਹੀਂ ਤਾਂ ਭਾਈ ਭਣੀਏ ਜੀ ਦੀ ਮਿਸਾਲ ਯਾਦ ਰੱਖ ਲਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੁਸ਼ਮਣ ਕੋਈ ਦਿਸਦਾ ਹੀ ਨਹੀਂ ਫਿਰ, ਕਿਉਂਕਿ ਉਹਨਾਂ ਨੇ ਬਾਣੀ ਨੂੰ ਕਮਾਇਆ, ਨਾ ਕਿਸੇ ਬਗਾਨਾ ਜੀ ਨਾ ਕੋ ਵੈਰੀ ਨਾ ਕੋ ਕਿਸੇ ਬਗਾਨਾ ਜੀ ਨਾ ਕੋ ਵੈਰੀ ਨਾ ਕੋ ਨਾ ਕੋ ਵੈਰੀ ਨਾ ਕੋ ਵੈਰੀ ਨਾ ਕਿਸੇ ਬਗਾਨਾ ਜੀ
ਕਹਿਣ ਲੱਗੇ ਰਾਤ ਹੁਣ ਪੋਤੀਆਂ ਸਨ
ਸਮਾਂ ਆਊਗਾ ਇਹਨਾਂ ਦਾ ਪੁੱਤਰ ਆਏਗਾ, ਉਹ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਰਚੇਗਾ, ਉਹ ਬਾਣੀ ਲੈਣ ਆਏਗਾ, ਫਿਰ ਬਾਣੀ ਬੜੀ ਦੂਰ ਚਲ ਗਿਆ ਕਹਿੰਦੇ ਨਾ ਘੜੀ ਦਾ ਖੁੱਲਿਆ ਬੰਦਾ ਕਿੱਥੇ ਜਾ ਸਕਦਾ। ਮੈਂ ਸਿਰਫ ਇਹ ਕਿ ਗੁਰੂ ਘਰ ਵਿੱਚ ਵੀ ਜਗ੍ਹਾ ਈਰਖਾ ਨੇ ਰੱਖੀ ਆ, ਆਪਾਂ ਨੇ ਉਹ ਪਾਸਾ ਨਹੀਂ ਪਕੜਨਾ, ਅਸੀਂ ਤਿਆਰ ਵਾਲਾ ਪਾਸਾ ਲੈਣਾ, ਚੰਗਾ ਪਾਸਾ ਲੈਣਾ, ਅੱਗੇ ਬਣੋ ਬਸ। ਕੋਈ ਮਾੜਾ ਹੈ ਆਪਣੇ ਵਾਸਤੇ ਹੈ, ਬਾਣੀ ਕਹਿੰਦੀ ਬੰਦਾ ਚੰਗਾ ਆਪਣਾ ਆਪੇ ਕੀਤਾ। ਫਿਰ ਉਹ ਸਮਾਂ ਇੱਦਾਂ ਹੀ ਹੋਇਆ ਸੀ, ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਪੁੱਤਰ ਗੁਰਸਾ ਗੱਦੀ ਦੇ ਮਾਲਕ ਬਣੇ, ਫਿਰ ਬਾਣੀ ਪੱਤਰ ਕੀਤੀ, ਫਿਰ ਪੋਥੀਆਂ ਲੈਣ ਸ੍ਰੀ ਗੁਰਦੁਆਰਾ ਸਾਹਿਬ ਭਾਈ ਗੁਰਦਾਸ ਜੀ ਨੂੰ ਭੇਜਿਆ, ਮੂਰਤੀਆਂ ਨਾ ਮਿਲੀਆਂ, ਦਰਵਾਜ਼ਾ ਨਾ ਖੁੱਲਿਆ ਬਾਬਾ ਮੋਹਨ ਜੀ ਦਾ, ਫਿਰ ਬਾਬਾ ਬੁੱਢਾ ਸਾਹਿਬ ਨੂੰ ਭੇਜਿਆ, ਨਾ ਪੋਥੀਆਂ ਮਿਲੀਆਂ ਨਾ ਦਰਵਾਜ਼ਾ ਖੁੱਲਿਆ, ਫਿਰ ਗੁਰੂ ਅਰਜਨ ਦੇਵ ਜੀ ਆਪ ਗਏ, ਫਿਰ ਦੁਬਾਰਾ ਸਾਹਿਬ ਗੁਰਦੁਆਰਾ ਸਾਹਿਬ ਗਲੀ ਵਿੱਚ ਬੈਠ ਕੇ ਆਵੀ ਲੈ ਕੇ ਲੋਕ ਦਾ ਦੇਖੋ ਜਿੱਦਾਂ ਗੁਰੂ ਕੋਲੋਂ ਕੁਛ ਮਿਲਦਾ, ਲੋਕ ਬਣ ਜਾਂਦਾ, ਚੜਾਈ ਨਾ ਮਿਲਦਾ, ਚਰਾਕੀ ਨਾ ਮਿਲਦਾ, ਮੇਰੇ ਵਰਗਾ ਦੁਨੀਆ ਨਾਲ ਚਰਾਕੀਆਂ ਕਰਦਾ ਕਰਦਾ ਗੁਰੂ ਨੂੰ ਵੀ ਨਿਕਾਮ ਕਰਦਾ, ਗੁਰੂ ਨਾਲ ਵੀ ਚਰਾਕੀ ਕਰਦਾ, ਸਾਰਾ ਦਿਨ ਲੋਕਾਂ ਦਾ ਮਾੜਾ ਕਰਕੇ ਸ਼ਾਮ ਨਾਲ ਕੀਤੀ ਮਾਤਾ, ਮੈਂ ਤਾਂ ਕਦੀ ਨੀ ਕਿਸੇ ਦਾ ਮਾੜਾ ਕਰਦਾ। ਭੈਣ ਭਰਾਵਾਂ ਦਾ ਹੱਕ ਕਦੀ ਬੈਠਾ ਹੈ, ਰਿਸ਼ਤੇਦਾਰਾਂ ਦਾ ਦੁਨੀਆਂ ਦਾ ਹੱਕ ਮਾਰੀ ਬੈਠਾ ਹੈ, ਲੈ ਲਿਆ ਮੁੜ ਕੇ ਦੇਣਾ ਹੀ ਨੀ, ਮੁੱਕਰ ਹੀ ਜਾਂਦਾ। ਫਿਰ ਗੁਰਦੁਆਰੇ ਆ ਕੇ ਕਹੂਗਾ ਮੈਂ ਤਾਂ ਕਦੀ ਨਹੀਂ ਕਿਸੇ ਦਾ ਮਾੜਾ ਕੀਤਾ, ਇਹ ਚਲਾਕੀ ਨਹੀਂ ਤਾਂ ਹੋਰ ਕੀ ਹੈ, ਕੀ ਹੈ ਚਤਰਾਈ ਨਹੀਂ ਤਾਂ ਹੋਰ ਕੀ ਹੈ, ਨਾਲੇ ਸੁਣੂਗਾ ਕੀਰਤਨ ਵਿੱਚ ਬੈਠ ਕੇ, ਨਾਲੇ ਸੁਣੂਗਾ ਕੀਰਤਨ ਵਿੱਚ ਬੈਠ ਕੇ, ਹੱਕ ਪਰਾਇਆ ਨਾਨਕਾ, ਹੱਕ ਪਰਾਇਆ ਦੱਸਿਆ ਮੈਂ ਦਾਸ ਕਿੱਦਾਂ ਲੈਣੀ ਸੀ।
ਸੀ ਗੁਰੂ ਵੱਡਿਆਂ ਤੋਂ, ਮਾਮਾ ਭਾਣਜਾ ਵੀ ਲੱਗਦੇ ਸੀ ਬਾਬਾ ਮੋਹਨ ਜੀ ਦੇ ਗੁਰੂ ਅਰਜਨ ਦੇਵ। ਜਦੋਂ ਖੁੱਲ ਗਿਆ ਦਰਵਾਜ਼ਾ, ਪੋਥੀਆਂ ਆ ਗਈਆਂ, ਨਾਲੇ ਮੱਥਾ ਟੇਕਣ ਲੱਗੇ ਬਾਬਾ ਮੋਹਨ ਜੀ, ਗੁਰੂ ਅਮਰਦਾਸ ਦੇ ਵੱਡੇ ਪੁੱਤਰ ਗੁਰੂ ਅਰਜਨ ਦੇਵ ਜੀ, ਕਹਿੰਦੇ ਪਿੱਛੇ ਹਟ ਗਏ, ਕਹਿੰਦੇ ਨਾ ਜੀ ਮੱਥਾ ਨਾ ਟੇਕੇ ਤੁਸੀਂ ਵੱਡੇ, ਤੁਸੀਂ ਮਾਮਾ ਜੀ ਹੋ, ਮੈਂ ਭਾਣਜਾ। ਵਡਾਪਣ ਲੱਭ ਲਿਆ, ਕਹਿ ਦਿੱਤਾ ਬਾਬਾ ਮੋਹਨ ਜੀ, ਕਿਹਾ ਰਿਸ਼ਤੇ ਕਰਕੇ ਵੱਡਾ ਹੈ ਪਰ ਜੋਸ਼ ਕਰਕੇ ਤੁਸੀਂ ਵੱਡੇ ਹੋ, ਤੁਹਾਡੇ ਕੋਲ ਗੁਰਬਾਣੀ ਦੀ ਜੋਸ਼ ਹੈ। ਮੈਂ ਤਾਂ ਉਦੋਂ ਹੀ ਗੁਰੂ ਰਾਮਦਾਸ ਦੇ ਸੋਨੇ ਮੱਥਾ ਟੇਕਣ ਤੋਂ ਖੁੱਲ ਗਿਆ, ਅੱਜ ਤੱਕ ਹਾਰਾ ਹੋਇਆ ਗਿਆ ਮੈਨੂੰ, ਅੱਜ ਮੈਨੂੰ ਮੱਥਾ ਟੇਕਣ ਤੋਂ ਨਾ ਰੋਕੋ। ਇਹ ਤੀਸਰੇ ਪਾਤਸ਼ਾਹ ਦੀ ਗੱਲ, ਪੰਜਵੇਂ ਪਾਤਸ਼ਾਹ ਜੀ ਗੱਲ ਸਰਵਣ ਕੀਤੀ। ਅੱਗੇ ਅੱਗੇ ਉਹਨਾਂ ਦੇ ਕੋਲ ਚੱਲੀਏ ਜਿਹਨਾਂ ਦਾ ਪ੍ਰਕਾਸ਼ ਹੋਇਆ। ਮੇਰੀ ਪੀੜੀ ਦੇ ਮਾਰ ਪੀੜੀ ਚੰਗੀ ਸੋਚੀਆਂ ਰੂਪ ਦਿਖਾਵਣ, ਵਾਰੋਵਾਰੀ ਅੱਠੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਜੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਗੱਲ ਇੱਦਾਂ ਦੀ ਚੱਲ ਪਈ, ਆਪਣਾ ਵਿਚਾਰ ਸਾਂਝਾ ਚੱਲ ਰਿਹਾ, ਈਰਖਾ ਦੀ ਗੱਲ ਸੀ ਬਾਹਰ ਇੱਕ ਅਸੀਂ ਦੇਖਦੇ ਅੱਜ ਕੱਲ੍ਹ, ਅੱਜ ਦਾ ਸਮਾਂ ਅਸੀਂ ਉਹੀ ਮੱਕਰਦੇ। ਗਲਤੀ ਤਾਂ ਬਹੁਤ ਵੱਡੀ ਹੈ ਈਰਖਾ ਕਰਨ ਵਾਲਿਆਂ ਦੀ, ਲੜਾਈ ਕਰਨ ਵਾਲਿਆਂ ਦੀ, ਗੁਰੂ ਘਰਾਂ ਦੇ ਵਿੱਚ ਝਗੜੇ ਕਰਨ ਵਾਲਿਆਂ ਦੀ, ਬਾਹਰ ਵੀ ਨਹੀਂ ਕਰਨੀ ਚਾਹੀਦੀ। ਜੇ ਗੁਰੂ ਦੀਆਂ ਲੜਾਈਆਂ ਵੱਲ ਦੇਖਦੇ ਹਾਂ ਨਾ, ਤੇ ਉਹਨਾਂ ਲੜਾਈਆਂ ਨੂੰ ਮਾਣ ਮਿਲਿਆ। ਸੂਰਾ ਸੋਚਾ ਚੰਗੀ ਜੋ ਲੜੇ ਜੀਤ ਕੇ ਜੇਤ, ਅਸੀਂ ਜੀਤ ਵਾਸਤੇ ਥੋੜੀ ਲੜਦੇ ਹਾਂ, ਪੈਸਿਆਂ ਪਿੱਛੇ ਲੜਦੇ ਹਾਂ, ਕਾਰੋਬਾਰ ਪਿੱਛੇ ਲੜਦੇ ਹਾਂ, ਅਹੁਦਿਆਂ ਪਿੱਛੇ ਲੜਦੇ ਹਾਂ, ਪ੍ਰਧਾਨ ਮੰਡਲ ਪਿੱਛੇ ਲੜਦੇ ਹਾਂ। ਉੱਥੇ ਲਿਖਿਆ ਦੀਨ ਕੇ ਹੈ ਧਰਮ ਜੋਤ ਦਾ ਸਿਰ ਸਰਦਾਰ ਗੁਰੂ ਗੋਬਿੰਦ ਸਿੰਘ ਦੇ ਯੁੱਧ ਨੂੰ ਮਿਲਿਆ। ਸਤਿਗੁਰ ਵਿੱਚ ਵੀ ਯੁੱਧ ਹੋਏ, ਪ੍ਰੇਤੇ ਚ ਵੀ ਹੋਏ, ਦਵਾਪਰ ਚ ਵੀ ਹੋਏ, ਰਾਮ ਜੀ ਦਾ ਰਾਵਣ ਦਾ ਯੁੱਧ ਹੋ ਗਿਆ, ਔਰ ਸਾਧ ਸੰਗਤ ਕ੍ਰਿਸ਼ਨ ਭਗਵਾਨ ਦਾ ਕੰਸ ਦਾ ਯੁੱਧ ਹੋਏ, ਕੌਰਵਾਂ ਪਾਂਡਵਾਂ ਦਾ ਯੁੱਧ ਹੋਏ, ਸਾਰਾ ਖਾਣਾ ਖੋਲੀਆਂ ਯੁੱਧ ਹੋ ਗਏ, ਹੱਦ ਹੋ ਗਈ ਉਹਨਾਂ ਨੂੰ ਵੀ ਧਰਮ ਯੁੱਧ ਦਾ ਜਵਾਬ ਨਹੀਂ ਮਿਲੇ, ਕਿਉਂਕਿ ਧਰਮ ਦੀ ਖਾਤਰ ਹੈ ਹੀ ਨਹੀਂ ਸੀ। ਸੀਤਾ ਦੀ ਖਾਤਰ ਯੁੱਧ ਹੋ ਗਏ, ਪੰਜ ਪਿੰਡਾਂ ਦੀ ਖਾਤਰ ਕੌਰਵਾਂ ਪਾਂਡਵਾਂ ਦਾ ਯੁੱਧ ਹੋ ਗਏ, ਰਾਜਭਾਗ ਦੀ ਖਾਤਰ ਰਾਜੇ ਕੰਸ ਦਾ, ਕ੍ਰਿਸ਼ਨ ਭਗਵਾਨ ਦਾ ਯੁੱਧ, ਰਾਜਾ ਕੰਸ ਰਾਜਾ ਹੀ ਬਣਨਾ ਚਾਹੁੰਦਾ, ਪਰ ਗੁਰੂ ਗੋਬਿੰਦ ਸਿੰਘ ਦੇ ਯੁੱਧਾਂ ਨੂੰ ਦੇਖੋ, ਤੀਨ ਘੇਰੇ ਸਾਰਾ ਲੜਾਈਆਂ ਤਾਂ ਹੈ ਪਰ ਲੜਾਈਆਂ ਰਹਿ ਗਈਆਂ ਤੁਹਾਨੂੰ ਜਾਂ ਜ਼ਰੂਰ ਰਣਜੀਤ ਦੀਆਂ ਲੜਾਈਆਂ ਰਹਿ ਗਈਆਂ। ਇਹ ਯੁੱਧ ਨਹੀਂ ਪਰਵਾਹ, ਇਹ ਤਾਂ ਸਾਧ ਸੰਗਤ ਆ ਗਿਆ ਸਮਾਂ ਛੇਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ, ਮਾਤਾ ਗੁਜਰਾ ਜੀ ਦਾ ਵਿਆਹ ਹੋਏ ਨੂੰ 15 ਸਾਲ ਹੋ ਗਏ, ਔਲਾਦ ਨਹੀਂ। ਬਾਬਾ ਬੁੱਢਾ ਸਾਹਿਬ ਦੇ ਬੱਚਿਆਂ ਤੋਂ ਗੁਰੂ ਅਰਜਨ ਦੇਵ ਜੀ ਨੇ ਮਾਣ ਮਹਾਂਪੁਰਖਾਂ ਨੂੰ ਦਿੱਤਾ, ਬਾਬਾ ਬੁੱਢਾ ਸਾਹਿਬ ਨੂੰ ਤਾਂ ਮਾਣ ਦਿੱਤਾ। ਮੈਂ ਕਹਿ ਰਹੇ ਹਾਂ ਗੁਰੂ ਅਰਜਨ ਦੇਵ ਜੀ ਨੇ ਭੇਜਿਆ ਸੀ ਬਾਬਾ ਬੁੱਢਾ ਸਾਹਿਬ ਕੋਲ, ਪਰ ਬਾਬਾ ਬੁੱਢਾ ਸਾਹਿਬ ਨੇ ਵੀ ਉਹੀ ਵਚਨ ਕੀਤੇ ਸੀ, ਮਾਤਾ ਜੀ ਦੇਣਾ ਉਹਨਾਂ ਨੇ ਆਲੋ ਖੁਸ਼ੀ ਮਿਲੀ ਗੁਰੂ ਅਰਜਨ ਦੇ ਮਹਾਰਾਜ ਦੇ ਘਰੋਂ, ਨਾ ਫਿਰ ਉਹਨਾਂ ਦਾ ਲੈ ਲੈਣੇ ਆਪਣਾ ਨਾਮ ਨਹੀਂ ਲਿਆ। ਅਜੇ ਹੀ ਕਮੀਆਂ ਸਾਡੇ ਵਰਗੇ ਬਾਬਿਆਂ ਦੇ ਵਿੱਚ, ਮੈਂ ਹੁੰਦਾ, ਮੈਂ ਕਰਿਆ, ਮੈਂ ਕਰਿਆ, ਮੈਂ ਕਰਿਆ, ਨਹੀਂ ਖਜ਼ਾਨਾ ਇੱਕੋ ਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਉੱਥੋਂ ਲੈ ਕੇ ਦੇਣਾ ਕੋਈ ਬਦਕੀ ਵਾਲਾ, ਭਲਕੀ ਵਾਲਾ, ਸੇਵਾ ਸਿਮਰਨ ਵਾਲਾ, ਉਹ ਬਰਗੀ ਕਰਕੇ ਗੁਰੂ ਦੇ ਨੇੜੇ ਹੋ ਜਾਂਦਾ ਤੇ ਗੁਰੂ ਦੇ ਦਰਸ਼ਨ ਦੀ ਸੁਣੀ ਜਾਂਦੀ, ਬਸ ਲੇਕਿਨ ਖਜ਼ਾਨਾ ਤਾਂ ਗੁਰੂ ਦਾ ਹੀ ਵਰਤਣ। ਬਾਬਾ ਬੁੱਢਾ ਸਾਹਿਬ ਕਹਿੰਦੇ ਗੁਰੂ ਅਰਜਨ ਦੇਵ ਜੀ ਰਹਿਮਤ ਹੋ ਗਈ, ਇਹੋ ਜਿਹਾ ਯੋਧਾ ਪੈਦਾ ਹੋਏਗਾ। 4 ਬਚਨ ਉਸ ਵਿੱਚ ਦਿੱਤੇ ਸੀ, ਜ਼ਿਆਦਾ ਤੇਜ਼ੀ ਅਕੀਦਾ ਨਾ ਗੰਦੇ ਨੂੰ ਹੁੰਦੇ ਆ। ਉਸ ਵੇਲੇ ਕਾਸ
ਬਾਦਸ਼ਾਹ ਚ ਬਦਲ ਚੜਿਆ ਬਿਜਲੀ ਗੱਡੀ ਕਹਿੰਦੇ ਐ ਤੇਰੇ ਪੁੱਤਰੇ ਮੈਂ ਨਾਰੇ ਗੱਡੀਆਂ ਨਿਸ਼ ਪਈ ਬੀਬੀ ਦੀ ਅਕਾਸ਼ੀ ਬੀਬੀ ਦੀ ਐ ਤੇਰੇ ਪੁੱਤ ਦੀਆਂ ਤਲਵਾਰਾਂ ਮਿੰਨਾ ਮਿੰਨਾ ਮੀਂਹ ਲੱਗਿਆ ਚੌਥਾ ਵਚਨ ਕੀਤਾ ਉਹ ਮਿੰਨਾ ਮਿੰਨਾ ਗੁਰਬਾਣੀ ਦਾ ਪ੍ਰਚਾਰ ਨਹੀਂ ਕਰਿਆ ਚਾਹੀਦਾ ਸਮਾਂ ਆਇਆ ਤੇ ਪੁੱਤਰ ਪੈਦਾ ਹੋਇਆ ਪੁੱਤਰ ਦਾ ਨਾਮ ਹਰਗੋਬਿੰਦ ਸਾਹਿਬ ਰੱਖਿਆ ਗੁਰੂ ਕੀ ਵਡਾਰੀ ਤੇ ਸ਼ਰੀਕੇ ਦੇ ਘਰ ਵਿੱਚ ਅੱਗ ਲੱਗ ਗਈ ਠੀਕ ਠਾਕ ਮੈਂ ਗੱਲ ਕਰਦਾ ਸ਼ਰੀਕਾ ਜਿਹੜਾ ਪਹਿਲਾਂ ਸੋਚੀ ਬੈਠਾ ਪ੍ਰਿਥਵੀ ਚੰਦ ਗੁਰੂ ਰਾਮਦਾਸ ਦਾ ਵੱਡਾ ਪੁੱਤਰ ਗੁਰੂ ਅਰਜਨ ਦੇਵ ਦਾ ਵੱਡਾ ਭਰਾ ਪਹਿਲਾਂ ਹੀ ਸੋਚੀ ਬੈਠਾ ਹੈ ਕੋਈ ਗੱਲ ਨੀ ਇਹਦੇ ਘਰ ਕਿਹੜੀ ਔਲਾਦ ਹੈ ਜੋ ਪਿਛੇ ਦਾ ਇੱਕ ਦਿਨ ਸਭ ਤੋਂ ਸਾਡਾ ਹੀ ਹੋਣਾ ਦੇਖੋ ਹਾਲ ਕੀ ਹੈ ਸਾਡਾ ਇਹ ਨੀ ਸੋਚਣਾ ਰੱਬਾ ਮੇਰੇ ਘਰ ਪੁੱਤ ਦਿੱਤਾ ਇਹਦੇ ਘਰ ਵੀ ਪੁੱਤ ਦੇ ਸਗੋਂ ਇਹ ਹੈ ਵੀ ਮੇਰੇ ਘਰ ਦੇ ਹੋ ਗਿਆ ਤੇ ਫਿਰ ਮੈਂ ਕੀ ਕਰੂੰਗਾ ਹੁਣ ਉਹ ਵੀ ਗੁਰੂ ਦਾ ਪੁੱਤਰ ਹੈ ਧਰਤੀ ਕੰਜ ਵੀ ਜਰਾ ਧਿਆਨ ਦਿਓ ਅੱਜ ਕਿਸੇ ਰੱਬ ਨਾ ਕਰੇ ਰਾਤੀ ਦਾ ਪੁੱਤ ਮਾੜਾ ਨਿਕਲਿਆ ਹੈ ਢਾਡੀ ਦਾ ਪੁੱਤ ਮਾੜਾ ਨਿਕਲਿਆ ਹੈ ਗ੍ਰੰਥੀ ਦਾ ਪੁੱਤਰ ਮਾੜਾ ਨਿਕਲਿਆ ਹੈ ਸਵੇਰੇ ਵੀ ਬਹਿਣ ਦੇ ਕਿਸੇ ਬਾਬੇ ਦਾ ਪੁੱਤ ਮਾੜਾ ਨਿਕਲਿਆ ਹੈ ਇਹਨੂੰ ਵੀ ਨਹੀਂ ਕੀਰਤਨ ਕਰਨ ਦੇਣਾ ਇਹਦਾ ਮੁੰਡਾ ਕੀ ਕਰਦਾ ਅੱਜ ਦਾ ਚੰਦਾ ਬਸ ਬੁਰਾਈ ਪ੍ਰਗਟ ਨਹੀਂ ਹੈ ਕਿ ਆਈ ਕੋਈ ਫਰਕ ਨਹੀਂ ਫਿਰ ਠੀਕ ਸਨ ਕਿ ਮੇਰ ਸਾਧ ਸੰਗਤ ਈਰਖਾ ਦੇ ਸਿਰਫੇ ਸਾਧ ਸੰਗਤ ਪੰਡਾ ਬਣੀ ਭੰਡਾਰ ਪੱਕੀ ਫਿਰਦਾ ਕਹਿੰਦਾ ਇਹਦੇ ਘਰ ਔਲਾਦ ਹੀ ਹੈ ਜੀ ਭਰਾ ਦੇ ਘਰ ਇਹਦਾ ਕਿਹੜਾ ਕੋਈ ਹੈਗਾ ਸਾਂਭਣ ਵਾਲਾ ਸਭ ਤੋਂ ਸਾਡਾ ਹੀ ਹੋਣਾ ਕਹਿਣਾ ਮੈਂ ਕਹਿੰਦਾ ਸੀ ਰੱਬਾ ਮੈਨੂੰ ਦਿੱਤਾ ਇਹਨੂੰ ਵੀ ਦੇ ਇਹ ਗੁਰਪੁੱਤ ਹੈ ਇੱਕ ਭਰਾ ਦਾ ਕੰਮ ਚੰਗਾ ਕਰੇ ਦੂਜੇ ਦਾ ਫੇਰ ਹੋ ਜਾਏ ਜਿਹੜਾ ਚੰਗਾ ਕਰਦਾ ਤਾੜੀਆਂ ਮਾਰਦਾ ਇੱਕ ਇੱਕ ਜ਼ਮੀਨ ਵੇਚੇ ਕਹਿੰਦਾ ਦੂਜਾ ਕਹਿੰਦਾ ਮੈਂ ਖਰੀਦਾਂ ਇਹ ਵੇਚੇ ਮੈਂ ਖਰੀਦਾਂ ਇਹ ਵਿਆਜ ਤੇ ਮੰਗੇ ਮੈਂ ਦੇਣਾ ਆਹ ਸੋਚਿਆ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿੱਥੇ ਤੱਕ ਮਰਜ਼ੀ ਚਲ ਜਾਓ ਇਹ ਦੋਵੇਂ
ਪਾਪ ਤੇ ਪੁੰਨ ਨੇਕੀ ਤੇ ਬਦੀ ਚੰਗਾ ਤੇ ਮਾੜਾ ਚੰਗਿਆਈ ਤੇ ਬੁਰਿਆਈ ਈਰਖਾ ਤੇ ਪਿਆਰ ਚੱਲਿਆ ਹੀ ਆਇਆ ਤੇ ਚੱਲਦਾ ਵੀ ਰਹਿਣਾ ਪਰ ਅੱਜ ਏਦਾਂ ਦਾ ਸਮਾਂ ਹੋ ਗਿਆ ਕਿ ਅਸੀਂ ਬੁਰਿਆਈ ਨੂੰ ਹੀ ਪੜਦੇ ਹਾਂ ਚੰਗਿਆਈ ਨੂੰ ਪੜਦਾ ਹੀ ਨਹੀਂ ਮੈਂ ਕਿੰਨੇ ਵੀ ਗੁਰੂ ਦੀ ਕਿਰਪਾ ਨਾਲ ਚੰਗੇ ਕੰਮ ਕੀਤੇ ਹੋਣ ਤੇ ਮੇਰੇ ਕੋਲ ਕਿਤੇ ਇੱਕ ਗਲਤੀ ਹੋ ਜਾਵੇ ਤਾਂ ਮੇਰੇ ਚੰਗੇ ਸਾਰੇ ਗੁਣ ਸੁੱਟ ਦੇਣੇ ਉਹੀ ਇਹ ਪੜ ਜਾਣ ਕਿੰਨੇ ਕੀਤੇ ਹੋਣ ਹੁਣ ਹੋਰ ਕੰਮ ਹੋ ਗਿਆ ਜੇ ਮੈਂ ਕੋਈ ਬੋਧ ਹੁੰਦਾ ਨਾ ਕਿ ਆਪਾਂ ਆਹ ਕੀਤਾ ਜੀ ਆਹ ਹੋਸਪਿਟਲ ਬਣਾਏ ਜੀ ਆਹ ਸਕੂਲ ਬਣਾਏ ਜੀ ਉਸੇ ਵੇਲੇ ਮੇਰੀ ਸੀ ਆਈ ਡੀ ਸੰਦੇ ਤੋਂ ਹੁਣ ਇੰਡੀਆ ਚ ਹੋ ਜਾਣੀ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਹੁਣੇ ਫੋਨ ਚੱਲ ਜਾਊਗਾ ਕਿੰਨੀ ਵਾਰ ਤੁਹਾਨੂੰ ਕਿਹਾ ਕਿ ਉਹ ਦੇਖ ਤੁਹਾਡੇ ਭਰਾ ਨੂੰ ਕਿੰਨਾ ਚੜਾਵਾ ਚੜਦਾ ਕਿੰਨੀ ਦੁਨੀਆਂ ਪੁੱਜਦੀ ਗੁਰੂ ਅਰਜਨ ਦੇਵ ਨੂੰ ਤੁਹਾਨੂੰ ਪੁੱਛਦਾ ਕੋਈ ਨਹੀਂ ਹੈ ਤੁਸੀਂ ਕਹਿੰਦੇ ਸੀ ਕੋਈ ਗੱਲ ਨਹੀਂ ਉਹਦੇ ਕਿਹੜੀ ਔਲਾਦ ਹੈ ਇੱਕ ਦਿਨ ਸਾਡਾ ਹੀ ਹੈ ਹੁਣ ਔਲਾਦ ਹੋ ਗਈ ਆ ਇਹ ਗੁਰੂ ਘਰ ਵਿੱਚ ਹੋਇਆ ਸਭ ਕੁਛ ਗੁਰੂ ਦਾ ਗੁਰੂ ਦੇ ਪਰਿਵਾਰ ਵਿੱਚ ਹੋਇਆ ਸਭ ਕੁਛ ਇਹ ਫੈਮਿਲੀ ਦੀਆਂ ਘਟਨਾਵਾਂ ਨੇ ਸੱਚ ਦੇ ਝੂਠ ਝਗੜਦਾ ਹੀ ਆਇਆ ਲੜਦਾ ਹੀ ਆਇਆ ਕੋਈ ਗੱਲ ਨਹੀਂ ਸੱਚ ਦੀ ਕਦੀ ਹਾਰ ਨਹੀਂ ਹੋਈ ਝੂਠ ਦੀ ਕਦੀ ਜਿੱਤ ਨਹੀਂ ਹੋਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਕਹਿੰਦਾ ਸੱਚ ਕਮਾਈ ਜਾਓ ਕੋਈ ਗੱਲ ਨਹੀਂ ਕਿ ਅੱਜ ਸੱਚ ਦਾ ਕੋਈ ਮੁੱਲ ਨਹੀਂ ਪਾਏਗਾ ਤੇ ਕਦੀ ਨਾ ਕਦੀ ਜ਼ਰੂਰ ਪਏਗਾ ਕੂੜ ਵੀ ਖੁੱਟੇ ਨਾਨਕਾ ਉਲਟ ਸੱਚ ਰਹੀ ਸੱਚ ਰਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਬੋਲੋ ਸਤਨਾਮ ਮੈਂ ਉਹ ਬਚਪਨ ਹੀ ਖਤਮ ਕਰ ਦਾਂਗਾ ਗੁਰੂ ਹਰਗੋਬਿੰਦ ਸਾਹਿਬ ਨੂੰ ਮੈਂ ਬਚਪਨ ਹੀ ਖਤਮ ਕਰ ਦਾਂਗਾ ਇਸ ਤੋਂ ਪਹਿਲਾਂ ਜਿਹੜਾ ਨੌ ਮਹੀਨੇ ਦਾ ਸਮਾਂ ਬੱਚੇ ਦੇ ਗਰਭ ਦਾ ਲੰਘਿਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਦੀ ਉਹਨੂੰ ਵੀ ਪੜ੍ਹ ਕੇ ਦੇਖੋ ਇਤਿਹਾਸ ਵਿੱਚੋਂ ਪ੍ਰਿਥਵੀ ਚੰਦ ਨੇ ਬੜੇ ਯਤਨ ਕੀਤੇ ਸੀ ਜਦੋਂ ਖਬਰ ਪਹੁੰਚੀ ਨਾ ਕਈ ਮਾਤਾ ਜੀ ਦੇ ਭਾਵ ਗਰਭ ਪਰਮੇਸ਼ ਬੱਚੇ ਦਾ ਹੋ ਗਿਆ ਤੇ ਸਾਧ ਸੰਗਤ ਉਸ ਵੇਲੇ ਵੀ ਇਸੇ ਕਰਮ ਉਹਨੇ ਧਰਤੀ ਰੌਲਾ ਪਾਇਆ ਸੀ ਤੁਸੀਂ ਕਹਿੰਦੇ ਸੀ ਉਹਦੇ ਹੈ ਨਹੀਂ ਔਲਾਦ ਹੋਣ ਵਾਲੀ ਹੋ ਗਈ ਆ ਕਹਿਣ ਲੱਗਾ ਜੰਮਣ ਹੀ ਨਹੀਂ ਦਿਆਂਗਾ ਫਿਰ ਕਿਉਂ ਕਰਦੀ ਤੂੰ ਈਰਖਾ ਜਨਮ ਤੋਂ ਪਹਿਲਾਂ ਖਤਮ ਕਰ ਦਾਂਗਾ ਬੜੇ ਜੰਤਰ ਮੰਤਰ ਤੰਤਰ ਬੜਾ ਕੁਛ ਕੀਤਾ ਸੀ ਹੁਣ ਜਨਮ ਹੋ ਗਿਆ ਕਹਿਣ ਲੱਗੀ ਹੁਣ ਕੀ ਕਰੋਗੇ ਕਹਿੰਦੇ ਬੱਚੋ ਬੱਚ ਨਹੀਂ ਖਤਮ ਕਰ ਦਾਂਗੇ ਉਹਨੇ ਕਿਹਾ ਹੀ ਨਹੀਂ ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਦੇ ਯਤਨ ਵੀ ਕੀਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਕੀ ਵਡਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਜਾਓ ਗੁਰੂ ਕੀ ਵਡਾਲੀ ਜਾ ਕੇ ਪੜ੍ਹੋ ਇਤਿਹਾਸ ਲਿਖਿਆ ਹੋਇਆ ਸਾਰਾ ਉਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਵਾਸਤੇ ਕਿੰਨੇ ਯਤਨ ਕੀਤੇ ਕਿ ਮਾਰ ਦਿੱਤਾ ਜਾਵੇ ਮਾਰ ਦਿੱਤਾ ਜਾਵੇ ਭਾਵ ਕਦੀ ਤਾਂ ਪੰਡਿਤ ਨੂੰ ਭੇਜਿਆ ਥੋੜਾ ਜਿਹਾ ਦਹੀ ਦੇ ਕੇ ਕਿਸੇ ਤਰ੍ਹਾਂ ਬੱਚੇ ਪਾਪ ਮੁੱਲ ਲੈ ਰਹੇ ਨੇ ਮੁੱਲ ਤੂੰ ਫਲਾਣੇ ਦੇ ਪੇਪਰ ਨਾ ਬਣ ਰਹੀ ਬਸ ਇੱਥੇ ਦੀਆਂ ਗੱਲਾਂ ਕਰਦਾ ਮੈਂ ਫਲਾਣੇ ਨੂੰ ਗ੍ਰੀਨ ਕਾਰਡ ਨਾ ਮਿਲਣ ਦੇ ਤੈਨੂੰ ਇੰਨੇ ਪੈਸੇ ਦੇਣਗੇ ਰੋਂਦੇ ਅਗਲੇ ਕਹਿੰਦੇ ਜੀ ਗ੍ਰੀਨ ਕਾਰਡ ਮਿਲਣ ਵਾਲਾ ਸੀ ਕਿਸੇ ਨੇ ਕੰਪਲੇਂਟ ਕਰਤੀ ਪੇਪਰ ਬਣਨ ਵਾਲੇ ਸੀ ਕਿਸੇ ਨੇ ਕੰਪਲੇਂਟ ਕਰਤੀ ਕੰਪਲੇਂਟ ਕਰਦਾ ਭਲਾ ਕਰੇਗਾ ਬੁਰਾ ਕਰਿਆ ਪੈਸੇ ਦੇ ਕੇ ਮੁੱਲ ਖਰੀਦੇ ਫਿਰਦੇ ਨੇ ਪਾਪ ਵੱਧ ਹੋ ਗਏ ਗੁਰਦੁਆਰੇ ਮੱਥਾ ਟੇਕਣਾ ਉਹਦਾ ਝੰਡਾ ਜੇਲ੍ਹ ਖੋਲੀ ਜਾਊਗਾ
ਟੁੱਟਾ ਇੱਕ ਡਾਲਰ ਪਾਇਆ ਸੀ ਜੇਲ੍ਹ ਤੇ ਲੱਭਦਾ ਹੀ ਨਹੀਂ ਪਿਆ। ਪਾਪ ਹੋਣ ਖਰੀਦੂਗਾ ਹਜ਼ਾਰਾਂ ਖਰਚਣ ਦਾ ਹਜ਼ਾਰਾਂ ਰਿਸ਼ਵਤਾਂ ਦਿੰਦਾ ਫਿਰਦਾ ਇੰਡੀਆ ਚ ਦੇਖੀਦਾ ਕਿਸੇ ਦਾ ਬੁਰਾ ਕਰਨ ਵਾਸਤੇ ਪੈਸੇ ਦਿੰਦਾ ਫਿਰਦਾ ਰਿਸ਼ਵਤਾਂ ਦਿੰਦਾ ਮੁੱਲ ਖਰੀਦਦਾ ਫਿਰਦਾ ਪਾਪ। ਇਹ ਹਾਲ ਅੱਜ ਦਾ ਸਮਾਂ ਮਾਫ ਕਰੇ ਉਹਦੇ ਨਹੀਂ ਵੀ ਕਰਨਾ ਤਾਂ ਮੁੱਲ ਲੈ ਲਿਆ ਰੋਂਦੀ ਫਿਰਦੀ ਦੁਨੀਆ ਜਿਹਨਾਂ ਦਾ ਬੁਰਾ ਹੋ ਜਾਂਦਾ ਹੈ। ਪਰ ਗੁਰੂ ਨੇ ਸਮਝਾਇਆ ਸਾਨੂੰ ਸਮਝਾਇਆ ਪਰ ਕਾ ਬੁਰਾ ਨਾ ਰੱਖੋ ਜੀ ਰੱਖੋ ਜੀਤ ਤੁਮਕੋ ਦੁੱਖ ਨਹੀਂ ਭਾਈ ਮੀਤ ਦੋ ਅੱਖਰ ਵਰਤੇ ਭਾਈ ਤੇ ਮੀਤ ਪਿਆਰਿਆ ਭਰਾਵਾ ਪਿਆਰਿਆ ਮਿੱਤਰਾ ਮੀਤ ਤੈਨੂੰ ਮੈਂ ਦੁੱਖ ਨਹੀਂ ਹੋਣ ਦਿਆਂਗਾ ਮੈਂ ਕਿਸੇ ਤੋਂ ਬੁਰਾ ਨਾ ਜੇ ਕਰਾਂਗੇ ਬਾਣੀ ਨੇ ਕਿਹਾ ਨਾ ਸ਼ਬਦ ਨੇ ਕਿਹਾ ਨਾ ਕਰ ਗੁਰੂ ਨੇ ਕਿਹਾ ਨਾ ਕਰ ਬੁਰਾ ਕਦੇ ਨਾ ਕਿਸੇ ਦਾ ਕਰੀਏ ਲੇਖਾ ਦੇਣਾ ਔਖਾ ਹੋ ਦਾਸੀ ਗੁਰੂ ਹਰਗੋਬਿੰਦ ਸਾਹਿਬ ਗੋਦ ਚ ਲੈ ਕੇ
ਸੇਵਾਦਾਰ ਦੀ ਬੈਠੀ ਹੈ। ਇੱਕਦਮ ਸਾਸਤ ਬੱਚਾ ਭੁਰਕਿਆ ਗੋਦ ਵਿੱਚੋਂ ਚਾਰ ਵਾਰੀ ਤੇ ਜਾ ਕੇ ਸਤਨਾਮ ਸ੍ਰੀ ਜੀ ਪੜ੍ਹਦੇ ਸ੍ਰੀ ਧਰਤੀ ਤੇ ਰਗੜਨੀ ਸ਼ੁਰੂ ਕਰ ਦਿੱਤੀ ਕਿਉਂਕਿ ਵਚਨ ਬਣਿਆ ਸੀ ਗੱਲ ਭੰਜਨ ਗੁਰ ਸੂਰਮਾ ਸੂਰਮਾ ਹੋਵੇਗਾ ਬਾਬਾ ਬੁੱਢਾ ਸਾਹਿਬ ਦਾ ਵਚਨ ਪਹਿਲੀ ਸ਼ੁਰੂ ਕੀਤੀ ਸੀ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਧਰਤੀ ਤੇ ਰਗੜ ਰਗੜ ਕੇ ਸ੍ਰੀ ਸਤਨਾਮ ਕਹਿੰਦਾ ਜਿਵੇਂ ਰੱਸੀ ਸੁੱਤੀ ਗਿਆ ਸੋਚਾ ਡਰਦਾ ਲੱਗ ਗਿਆ ਕੋਈ ਗੱਲ ਛੱਡਦੇ ਛੱਡਦੇ ਤਾਂ ਸਾਰੇ ਰੌਲਾ ਪਾਉਂਦੇ ਜਿਸਦਾ ਸਾਹਿਬ ਘੋੜੇ ਤੋਂ ਡਿੱਗਿਆ
ਸਤਿਗੁਰ ਨੇ ਫੇਰ ਕਿਹਾ ਘਰ ਦੀ ਛਾਂ ਕਰਕੇ ਪੈਂਦੇ ਹਾਂ ਹੁਣ ਹਾਏ ਅੱਬਾ ਨਾ ਕਹਿ ਹੁਣ ਅੱਲਾ ਇੱਥੋਂ ਦਾ ਤੂੰ ਚੱਲਿਆ ਦੁਨੀਆਂ ਤੋਂ ਗਾਹ ਭਰਾ ਹੋ ਜਾਏ ਫਿਰ ਵੀ ਤੈਨੂੰ ਪਾਲਿਆ ਭਰਾਇਆ ਖਾਇਆ ਠੀਕ ਹੈ ਭਾਵੇਂ ਦੁਸ਼ਮਣਾਂ ਨਾਲ ਰੱਖਣ ਜਾ ਕੇ ਪਰ ਤੈਨੂੰ ਨਰਕਾਂ ਚ ਨਹੀਂ ਜਾਂਦਾ ਤੈਨੂੰ ਜਮ ਜਸਤਾ ਕੋਲ ਨਹੀਂ ਜਾਂਦਾ ਭਾਵ ਮੇਰਾ ਕਹਿੰਦਾ ਫਿਰ ਗੁਰੂ ਨੇ ਪੈਂਦੇ ਖਾਂ ਉਤਾਰਿਆ ਭਾਵ ਬੁਰਿਆਂ ਦਾ ਵੀ ਜਗਤ ਨੂੰ ਉਤਾਰਿਆ ਬਲ ਭਰ ਜਾਈਏ ਜਿੱਥੇ ਜਿੱਥੇ ਸੰਬੰਧ ਪਿਆਰ ਮਿਲਦਾ ਜਾਏ ਵਰਨਾ ਉੱਥੇ ਅਜੇਮਾ ਗੁਰੂ ਨੇ ਬੜਾ ਹੀ ਬਖਸ਼ਿਆ ਬਹੁਤ ਅਜੇਮਾ ਸਤਿਗੁਰ ਜੀ ਨੇ ਸੇਵਾ ਦਾ ਕੀਰਤਨ ਦਾ ਅਮ੍ਰਿਤ ਛਕਾਉਣ ਦਾ ਕਾਰ ਸੇਵਾ ਦਾ ਹੋਸਪਿਟਲ ਦਾ ਸਕੂਲ ਦਾ ਜਦੀਮ ਆਸ਼ਰਮ ਦਾ ਹਰ ਤਰ੍ਹਾਂ ਦਾ ਅਜੇਮਾ ਸੇਵਾ ਸਤਿਗੁਰ ਨੇ ਬਖਸ਼ੀ ਆ ਸੋ ਸਾਧ ਸੰਗਤ ਸਭ ਨੂੰ ਤੁਹਾਨੂੰ ਬੇਨਤੀ ਹੈ ਬਾਣੀ ਅਤੇ ਬਾਣੀ ਨਾਲ ਜੁੜੋ ਸ਼ਬਦ ਨਾਲ ਜੁੜੋ ਜੇ ਕਿਸੇ 'ਚ ਕੋਈ ਬੁਰਿਆਈ ਦਿਸਦੀ ਵੀ ਹੈ ਨਾ ਅੱਜ ਦਾ ਸਮਾਂ ਮੈਂ ਬੋਲਦਾ ਜੋ ਅੱਜ ਮੇਰੇ ਵਿਚਾਰ ਹੈ ਬੁਰਿਆਈ ਨੂੰ ਉੱਥੇ ਹੀ ਛੱਡ ਦਿਓ ਕਿਉਂ ਆਪਣੇ ਮਨ 'ਤੇ ਰੱਖਣੀ ਹੈ ਉੱਥੇ ਹੀ ਛੱਡ ਦਿਓ ਚੰਗਿਆਈ ਮਿਲਦੀ ਤਾਂ ਪੱਲੇ ਮੋਈਆਂ ਭੁੱਲਾਂ ਦੀ ਮਾਫ਼ੀ ਸਭ ਨੂੰ ਦੇਣਾ ਹੈ ਸਾਰਿਆਂ ਦਾ ਹੀ ਧੰਨਵਾਦ ਕੋਟਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹਨਾਂ ਦੀ ਕਿਰਪਾ ਹਾਜ਼ਰੀ ਭਰੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭ